ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਤੋਂ 7 ਦਿਨਾਂ ਲਈ ਬਾਹਰ ਆਉਣ ਦੀ ਪੂਰੀ ਚਰਚਾ ਮੀਡੀਆ 'ਚ ਫੈਲ ਚੁੱਕੀ ਹੈ ਔਰ ਇਹ ਚਰਚਾ ਕਿਉਂ ਹੋ ਰਹੀ ਹੈ? ਇਹ ਚਰਚਾ ਇਸ ਲਈ ਹੋ ਰਹੀ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਅਰਜ਼ੀ ਲਾਈ ਹੈ ਕਿ ਮੈਂ MP ਉਮੀਦਵਾਰ ਦੇ ਕਾਗਜ਼ ਭਰਨੇ ਨੇ ਅਤੇ ਇਸ ਲਈ ਮੈਨੂੰ 7 ਦਿਨਾਂ ਦੀ ਜੇਲ੍ਹ ਤੋਂ ਜ਼ਮਾਨਤ ਦਿੱਤੀ ਜਾਵੇ, 7 ਦਿਨਾਂ ਲਈ ਜੇਲ੍ਹ ਤੋਂ ਰਿਹਾਈ ਦਿੱਤੀ ਜਾਵੇ। ਅਤੇ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਵਕੀਲ ਅਤੇ ਕੁਝ ਸਾਥੀ ਡਿਬਰੂਗੜ੍ਹ ਜੇਲ੍ਹ ਅਸਾਮ ਦੇ ਬਾਹਰ ਅੱਜ ਪਹੁੰਚ ਚੁੱਕੇ ਨੇ, ਜਿਹੜੇ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਤੋਂ ਜਿਹੜੇ ਕਾਗਜ਼ MP ਦੇ ਭਰਨੇ ਨੇ ਉਹਦੇ ਸੰਬੰਧੀ ਕੁਝ ਜ਼ਰੂਰੀ ਦਸਤਖਤ ਅਤੇ ਕਾਗਜ਼ ਤਿਆਰ ਕਰਵਾਉਣ ਦੇ ਲਈ ਪਹੁੰਚੇ ਨੇ। ਨਾਲ ਹੀ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਅਦਾਲਤ ਦੇ ਵਿੱਚ ਇਹ ਵੀ ਮੰਗ ਕੀਤੀ ਹੈ ਕਿ ਇਹ ਉਹ ਖਾਤਾ ਖੁਲਵਾਉਣਾ ਚਾਹੁੰਦੇ ਨੇ HDFC ਬੈਂਕ ਦੇ ਵਿੱਚ ਅਤੇ ਉਹਦੀ ਵੀ ਇਜਾਜ਼ਤ ਦਿੱਤੀ ਜਾਵੇ। ਸੋ ਅੰਮ੍ਰਿਤਪਾਲ ਹੋਰਾਂ ਦੇ ਪਰਿਵਾਰ ਨੇ ਕਈ ਵਾਰ ਇਹ ਗੱਲ ਕੀਤੀ ਪਿਛਲੇ ਦਿਨਾਂ ਤੋਂ ਕਿ ਸਾਡੇ ਕਾਗਜ਼ ਭਰਨ ਦੇ ਵਿੱਚ ਵੀ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਨੇ ਔਰ ਇਹ ਗੱਲ ਆਖੀ ਗਈ ਕਿ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਅੰਮ੍ਰਿਤਪਾਲ ਕਾਗਜ਼ ਭਰ ਸਕੇ, ਉਹ ਕਾਗਜ਼ ਭਰਨ ਦੀਆਂ ਸ਼ਰਤਾਂ ਪੂਰੀਆਂ ਕਰ ਸਕੇ, ਪਰ ਸਾਡੇ ਰਾਹ ਦੇ ਵਿੱਚ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਨੇ, ਮੁਸ਼ਕਲਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਨੇ। ਔਰ ਇਹ ਗੱਲ ਬਿਲਕੁਲ ਸੱਚ ਵੀ ਹੋ ਸਕਦੀ ਹੈ ਕਿਉਂਕਿ MP ਉਮੀਦਵਾਰ ਦੇ ਕਾਗਜ਼ ਭਰਨ ਦੇ ਲਈ ਜਿਹੜੀਆਂ ਸ਼ਰਤਾਂ ਜ਼ਰੂਰੀ ਨੇ, ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਨੇ, ਜੇਲ੍ਹ ਦੇ ਵਿੱਚ ਬੰਦ ਇੱਕ ਵਿਅਕਤੀ ਦੇ ਲਈ ਜਿਹੜਾ ਕਿ NSA ਲਾ ਕੇ ਜੇਲ੍ਹ ਦੇ ਵਿੱਚ ਬੰਦ ਹੈ, ਉਹਦੇ ਲਈ ਉਹ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨਾ ਕਾਫੀ ਔਖਾ ਹੁੰਦਾ ਹੈ ਕਿਉਂਕਿ ਜਿਹੜੀਆਂ ਉਹ ਸ਼ਰਤਾਂ ਨੇ ਉਹਨਾਂ 'ਚ ਇੱਕ ਸ਼ਰਤ ਇਹ ਹੈ ਕਿ ਕਿਸੇ ਬੈਂਕ ਦੇ ਵਿੱਚ ਖਾਤਾ ਹੋਣਾ ਜ਼ਰੂਰੀ ਹੈ। ਅਤੇ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਪਹਿਲਾਂ ਜਦੋਂ ਉਹ ਕਹਿੰਦੇ ਰਹੇ ਕਿ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ, ਸਿਸਟਮ ਨੂੰ ਨਹੀਂ ਮੰਨਦਾ, ਤਾਂ ਉਹਨਾਂ ਦਾ ਪਹਿਲਾਂ ਕੋਈ ਕਰੰਟ ਜਿਹੜਾ ਖਾਤਾ ਬੈਂਕ 'ਚ ਨਹੀਂ ਗਾ। ਇਸ ਕਰਕੇ ਇਸ ਤਰ੍ਹਾਂ ਦੀਆਂ ਹੋਰ ਕਾਫੀ ਸ਼ਰਤਾਂ ਨੇ ਜਿਹੜੀਆਂ ਅੰਮ੍ਰਿਤਪਾਲ ਦੇ ਲਈ ਪੂਰੀਆਂ ਕਰਨੀਆਂ ਔਖੀਆਂ ਨੇ ਅਤੇ ਅੰਮ੍ਰਿਤਪਾਲ ਦਾ ਪਰਿਵਾਰ ਕਹਿੰਦਾ ਹੈ ਕਿ ਅਸੀਂ ਪੰਜਾਬ ਦੇ ਚੋਣ ਕਮਿਸ਼ਨ ਤੋਂ ਲੈ ਕੇ ਦੇਸ਼ ਦੇ ਨੈਸ਼ਨਲ ਚੋਣ ਕਮਿਸ਼ਨ ਤੱਕ ਅਸੀਂ ਪਹੁੰਚ ਕਰ ਰਹੇ ਹਾਂ ਤਾਂ ਕਿ ਅੰਮ੍ਰਿਤਪਾਲ ਸਿੰਘ ਕਾਗਜ਼ ਭਰ ਸਕੇ। ਵੇਖੋ, ਇੱਥੇ ਮੈਂ ਸਾਫ਼ ਕਹਿਣਾ ਚਾਹੂੰਗਾ ਕਿ ਜੇਕਰ ਕਿਸੇ ਵਿਅਕਤੀ ਦੇ ਜਿਹੜੇ ਜਮਹੂਰੀ ਅਤੇ ਲੋਕਤੰਤਰੀ ਅਧਿਕਾਰ ਨੇ ਉਹਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਬਿਲਕੁਲ ਗਲਤ ਹੋਵੇਗਾ ਕਿਉਂਕਿ ਹੁਣ ਤੱਕ ਕਈ ਸਾਰੇ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਜੇਲ੍ਹਾਂ 'ਚ ਬੰਦ ਜਿਹੜੇ ਮੰਤਰੀ ਅਤੇ ਲੀਡਰ ਨੇ ਉਹਨਾਂ ਨੇ ਜੇਲ੍ਹਾਂ 'ਚੋਂ ਚੋਣਾਂ ਲੜੀਆਂ ਨੇ ਔਰ ਉਹਨਾਂ ਨੂੰ ਸ਼ਰਤਾਂ ਪੂਰੀਆਂ ਕਰਨ ਦੀ ਇਜਾਜ਼ਤ ਵੀ ਦਿੱਤੀ ਜਾਂਦੀ ਰਹੀ ਹੈ। ਪਰ ਅੱਜ ਜੇ ਅੰਮ੍ਰਿਤਪਾਲ ਸਿੰਘ ਨੂੰ ਰੋਕਿਆ ਜਾਂਦਾ ਹੈ ਤਾਂ ਇਹ ਗੱਲ ਠੀਕ ਨਹੀਂ ਹੋਵੇਗੀ। ਹੁਣ ਜਿਹੜੀ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਅਦਾਲਤ ਦੇ ਵਿੱਚ ਅਰਜ਼ੀ ਲਾ ਕੇ 7 ਦਿਨਾਂ ਲਈ ਉਮੀਦਵਾਰ ਕਾਗਜ਼ ਭਰਨ ਦੇ ਲਈ ਰਿਹਾਈ ਮੰਗੀ ਹੈ, ਉਹਦੇ ਉੱਪਰ ਅਦਾਲਤ ਦਾ ਫੈਸਲਾ ਆਉਣਾ ਬਾਕੀ ਹੈ। ਇਹ ਵੇਖਣਾ ਹੋਵੇਗਾ ਕਿ ਅਦਾਲਤ ਰਿਹਾਈ ਦਿੰਦੀ ਹੈ ਜਾਂ ਨਹੀਂ ਦਿੰਦੀ। ਗੱਲਾਂ ਦੋਵੇਂ ਨੇ, ਹੋ ਸਕਦਾ ਕਿ ਅਦਾਲਤ ਜੇ 7 ਦਿਨਾਂ ਦੀ ਨਾ ਅਤੇ ਕੋਈ 2-3 ਦਿਨ ਦੀ ਜ਼ਮਾਨਤ ਦੇ ਦੇਵੇ, ਪਰ ਦੂਜੇ ਪਾਸੇ ਜਿਹੜੇ ਸਰਕਾਰੀ ਵਕੀਲ ਹੋਣਗੇ ਉਹ ਵੀ ਇਸ ਗੱਲ ਦਾ ਵਿਰੋਧ ਕਰਨਗੇ ਔਰ ਉਹ ਇੱਦਾਂ ਦੀ ਦਲੀਲ ਵੀ ਦੇ ਸਕਦੇ ਨੇ ਕਿ ਅੰਮ੍ਰਿਤਪਾਲ ਪਹਿਲਾਂ ਜਦੋਂ ਪੁਲਿਸ ਉਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਸੀ ਤਾਂ ਉਹ ਕਾਫੀ ਟਾਈਮ ਪੁਲਿਸ ਤੋਂ ਭੱਜੇ ਰਹੇ ਅਤੇ ਦੁਬਾਰਾ ਫਿਰ ਉਹ ਇੰਜ ਨਾ ਕਰ ਸਕਣ, ਇਸ ਕਰਕੇ ਉਹਨਾਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ। ਇੱਦਾਂ ਦੀਆਂ ਦਲੀਲਾਂ ਸਰਕਾਰੀ ਵਕੀਲ ਰੱਖ ਸਕਦੇ ਨੇ, ਪਰ ਇਹਦੇ ਬਾਵਜੂਦ ਵੀ ਅਜੇ ਇਹ ਕੁਝ ਵੀ ਕਹਿਣਾ ਮੁਸ਼ਕਲ ਹੋਏਗਾ ਕਿਉਂਕਿ ਅਜੇ ਤਾਂ ਅਦਾਲਤ ਦੇ ਵਿੱਚ ਅਰਜ਼ੀ ਲਾਈ ਗਈ ਹੈ
ਅਤੇ ਅਦਾਲਤ ਨੇ ਫੈਸਲਾ ਅੱਗੇ ਕਰਨਾ ਹੈ ਕਿ ਜ਼ਮਾਨਤ ਦਿੱਤੀ ਜਾਣੀ ਹੈ ਜਾਂ ਨਹੀਂ ਦਿੱਤੀ ਜਾਣੀ। ਫਿਲਹਾਲ ਅਦਾਲਤ ਵੱਲ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਨੇ। ਔਰ ਇੱਥੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਕਿ ਖੰਡੂਰ ਸਾਹਿਬ ਹਲਕੇ ਦੇ ਵਿੱਚੋਂ 4 ਉਮੀਦਵਾਰ ਖੜ੍ਹੇ ਕੀਤੇ ਗਏ ਵੱਖ ਵੱਖ ਪਾਰਟੀਆਂ ਦੇ, ਜਿਨ੍ਹਾਂ ਦੇ ਵਿੱਚ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਆ ਨੂੰ ਖੜ੍ਹਾ ਕੀਤਾ ਹੈ, ਕਾਂਗਰਸ ਨੇ ਕੁਲਵੀਰ ਸਿੰਘ ਜੀਰਾ ਨੂੰ, ਆਮ ਆਦਮੀ ਪਾਰਟੀ ਨੇ ਮੰਤਰੀ ਲਾਲਜੀਤ ਭੁੱਲਰ ਨੂੰ, ਅਤੇ ਆਜ਼ਾਦ ਉਮੀਦਵਾਰ ਵਜੋਂ ਅੰਮ੍ਰਿਤਪਾਲ ਸਿੰਘ ਨੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਵਿਰਸਾ ਸਿੰਘ ਵਲਟੋਆ ਅਤੇ ਕਾਂਗਰਸ ਦੇ ਉਮੀਦਵਾਰ ਜਿਹੜੇ ਕੁਲਵੀਰ ਜੀਰਾ, ਉਹ ਵੱਡੇ ਸਵਾਲ ਅੰਮ੍ਰਿਤਪਾਲ 'ਤੇ ਖੜ੍ਹੇ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਅੰਮ੍ਰਿਤਪਾਲ ਕਿਹਾ ਕਰਦਾ ਸੀ ਕਿ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ, ਮੈਂ ਇੱਥੋਂ ਦੇ ਵੋਟਾਂ ਵਾਲੇ ਸਿਸਟਮ ਨੂੰ ਨਹੀਂ ਮੰਨਦਾ, ਮੈਂ ਇੱਥੋਂ ਦੀ ਪਾਰਲੀਮੈਂਟ ਨੂੰ ਨਹੀਂ ਮੰਨਦਾ। ਅਤੇ ਅੱਜ ਜੇ ਉਹ ਖੁਦ ਹੀ ਉਸ ਪਾਰਲੀਮੈਂਟ ਦਾ ਹਿੱਸਾ ਬਣਨਾ ਚਾਹੁੰਦੇ ਨੇ, ਉਸੇ ਸੰਵਿਧਾਨ ਨੂੰ ਮੰਨ ਕੇ ਕਾਗਜ਼ ਭਰਨਾ ਚਾਹੁੰਦੇ ਨੇ, ਤਾਂ ਫਿਰ ਉਹ ਆਪਣੇ ਸਟੈਂਡ 'ਤੇ ਕਿੰਨਾ ਕੁ ਖੜ੍ਹ ਰਹੇ ਨੇ? ਬਹੁਤ ਵੱਡੇ ਸਵਾਲ ਉਠਾਏ ਜਾ ਰਹੇ ਨੇ। ਵਿਰਸਾ ਸਿੰਘ ਵਲਟੋਆ ਨੇ ਤਾਂ ਇੱਥੋਂ ਤੱਕ ਕਿਹਾ ਕਿ ਅੰਮ੍ਰਿਤਪਾਲ ਦੇ ਚੋਣਾਂ ਲੜਨ ਦਾ ਐਲਾਨ RSS ਦੇ ਇੱਕ ਆਗੂ ਨੇ ਕੀਤਾ ਹੈ, ਤਾਂ ਬਹੁਤ ਵੱਡੀ ਸ਼ੰਕਾ ਵਿਰਸਾ ਸਿੰਘ ਵਲਟੋਆ ਹੋਰਾਂ ਨੇ ਅੰਮ੍ਰਿਤਪਾਲ ਦੇ ਚੋਣਾਂ ਲੜਨ ਦੇ ਉੱਪਰ ਪ੍ਰਗਟ ਕੀਤੀ ਹੈ। ਨਾਲ ਹੀ ਇਹ ਵੀ ਕਹਿ ਦਿੱਤਾ ਕਿ ਅਸੀਂ ਵੀ ਬਹੁਤ ਜੇਲ੍ਹਾਂ ਕੱਟੀਆਂ, ਪਰ ਅਸੀਂ ਕਦੇ ਵੀ ਝੁਕੇ ਨਹੀਂ, ਪੁਲਿਸ ਤੋਂ ਭੱਜੇ ਨਹੀਂ। ਅਤੇ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਦੀਆਂ ਗੱਲਾਂ ਤਾਂ ਬਹੁਤ ਵੱਡੀਆਂ, ਪਰ ਉਹ ਗੱਲਾਂ 'ਤੇ ਖੜ੍ਹਦੇ ਨਹੀਂ ਹੈਗੇ। ਸੋ ਅੱਜ ਜਿਸ ਤਰੀਕੇ ਨਾਲ ਅੰਮ੍ਰਿਤਪਾਲ ਹੋਰਾਂ ਨੇ ਅਰਜ਼ੀ ਲਾਈ ਹੈ ਅਦਾਲਤ ਦੇ ਵਿੱਚ ਕਿ 7 ਦਿਨਾਂ ਲਈ ਜ਼ਮਾਨਤ ਦਿੱਤੀ ਜਾਵੇ, ਜੇਕਰ ਜ਼ਮਾਨਤ ਮਿਲਦੀ ਹੈ ਤਾਂ ਇਹ ਬਹੁਤ ਵੱਡੀ ਗੱਲ ਹੋਏਗੀ, ਔਰ ਜੇਕਰ ਨਹੀਂ ਮਿਲਦੀ ਤਾਂ ਵੀ ਇਹਦੇ ਉੱਪਰ ਜਾਣਨਾ ਜ਼ਰੂਰੀ ਹੋਏਗਾ ਕਿ ਕਿਉਂ ਨਹੀਂ ਦਿੱਤੀ ਗਈ। ਸੋ ਅੱਜ ਦੀ ਇਹ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਕਾਫੀ ਵੱਡੀ ਖਬਰ ਦੇ ਤੌਰ 'ਤੇ ਮੀਡੀਆ ਦੇ ਵਿੱਚ ਆ ਰਹੀ ਹੈ, ਕਿਉਂਕਿ ਅੰਮ੍ਰਿਤਪਾਲ ਸਿੰਘ ਨੇ ਜਦੋਂ ਦਾ ਐਲਾਨ ਕੀਤਾ ਹੈ ਚੋਣਾਂ ਲੜਨ ਦਾ, ਉਦੋਂ ਤੋਂ ਲੈ ਕੇ ਦੂਜੀਆਂ ਪਾਰਟੀਆਂ ਅੰਮ੍ਰਿਤਪਾਲ ਦੇ ਉੱਪਰ, ਉਹਦੇ ਸਟੈਂਡ ਦੇ ਉੱਪਰ, ਉਹਦੇ ਬੋਲਾਂ 'ਤੇ ਨਾ ਖੜ੍ਹਨ ਦੇ ਉੱਪਰ ਲਗਾਤਾਰ ਹਮਲੇ ਕਰ ਰਹੀਆਂ ਨੇ। ਔਰ ਉੱਧਰ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਇਹ ਕਹਿ ਰਿਹਾ ਕਿ ਸਾਡੇ ਕਾਗਜ਼ ਭਰਨ ਦੇ ਵਿੱਚ ਵੀ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਨੇ, ਅੰਮ੍ਰਿਤਪਾਲ ਨੂੰ ਉਮੀਦਵਾਰ ਬਣਾਉਣ ਦੇ ਵਿੱਚ ਹੀ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਨੇ। ਤੁਹਾਨੂੰ ਕੀ ਲੱਗਦਾ? ਤੁਸੀਂ ਵੀ ਆਪਣਾ ਕਮੈਂਟ ਜ਼ਰੂਰ ਲਿਖਿਓ। ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ, ਬਹੁਤ ਮਿਹਰਬਾਨੀ, ਸ਼ੁਕਰੀਆ।